ਪੰਜਾਬ ਦੀ ਸਰਕਾਰ ਕੱਲ ਬਜਟ ਪੇਸ਼ ਕਰਨ ਜਾ ਰਹੀ ਹੈ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਕੀ ਉਮੀਦਾਂ ਨੇ ਇਸ ਬਾਰੇ ਗੱਲ ਕਰਦੇ ਆ ਸਾਡੇ ਨਾਲ ਬਠਿੰਡਾ ਦੀ ਕੁਝ ਲੇਡੀਆਂ ਹੈਗੀਆਂ ਸਰਕਾਰ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ ਕੀ ਉਮੀਦਾਂ ਕੀ ਹੈ ਤੁਹਾਨੂੰ ਜਿਹੜੇ ਵਿੱਤ ਮੰਤਰੀ ਨੇ ਪੰਜਾਬ ਦੇ ਕਿਉਂਕਿ ਬਠਿੰਡਾ ਤੋਂ ਵੀ ਵਿਧਾਇਕ ਨੇ ਕੀ ਉਮੀਦਾਂ ਤੁਹਾਨੂੰ ਸੋ ਸਾਡੀ ਇਹੀ ਉਮੀਦਾਂ ਕਿ ਜੋ ਆਮ ਪਬਲਿਕ ਆਮ ਜਨਤਾ ਜਿਵੇਂ ਜਿਸ ਤਰ੍ਹਾਂ ਮਹਿੰਗਾਈ ਵਧ ਰਹੀ ਹੈ ਬੇਰੋਜ਼ਗਾਰ ਫ੍ਰੀ ਵਿਲੇ ਫਿਰ ਰਹਿਣਾ ਉਹਨਾਂ ਨੂੰ ਰੋਜ਼ਗਾਰ ਵੀ ਦਿੱਤੇ ਜਾਣ ਬਿਜਲੀ ਦੇ ਬਿੱਲ ਘਟਾਏ ਜਾਣ ਕਿ ਆਮ ਜਿਹੜੇ ਮਿਡਲ ਕਲਾਸ ਫੈਮਿਲੀ ਆ ਉਹ ਇੰਨਾ ਖਰਚਾ ਪ੍ਰੋਵਾਈਡ ਨਹੀਂ ਕਰ ਸਕਦੇ ਬੱਚਿਆਂ ਨੂੰ ਤਾਂ ਕਰਕੇ ਜਿਹੜੇ ਬੇਰੋਜ਼ਗਾਰ ਆ ਉਹਨਾਂ ਨੂੰ ਮਤਲਬ ਵੀ ਵੱਧ ਤੋਂ ਵੱਧ ਜੋਬਸ ਦਿੱਤੀਆਂ ਜਾਣ ਪ੍ਰਾਈਵੇਟ ਜੋਬਸ ਦੇ ਵਿੱਚ ਇੰਨਾ ਬੈਨੀਫਿਟ ਨਹੀਂ ਹੁੰਦਾ ਜਿਵੇਂ ਕੀ ਸਾਡੀ ਤਾਂ ਬਸ ਇਹ ਡਿਮਾਂਡ ਆ ਸਰ ਜਿਵੇਂ ਸਾਰੇ ਖਰਚੇ ਘੱਟ ਤੋਂ ਘੱਟ ਕੀਤੇ ਜਾਣ ਜਿਵੇਂ ਬਿਜਲੀ ਦੇ ਬਿੱਲ ਸਟੱਡੀ ਲਾ ਲੋ ਸਭ ਕੁਝ ਹੈ ਸਰ ਹਾਂਜੀ ਕਿ ਥੋੜੀ ਮੰਗ ਕੀ ਜੀ ਜਿਹੜਾ ਬਜਟ ਪੇਸ਼ ਹੋਣਾ ਹੈ ਕਿੰਦਾਂ ਦੀ ਤੁਹਾਨੂੰ ਰਾਹਤ ਚਾਹੀਦੀ ਹੈ ਇਸ ਬਜਟ ਸਾਨੂੰ ਜੀ ਇਹੀ ਰਾਹਤ ਚਾਹੀਦੀ ਹੈ ਕਿ ਸਾਡੇ ਬੱਚੇ ਜੋ ਐਨ ਐਨ ਪੜ੍ਹ ਲਿਖ ਕੇ ਇੰਨੀਆਂ ਮਿਹਨਤਾਂ ਕੀਤੀਆਂ ਅਸੀਂ ਅੰਨਾ ਬੈਸਾ ਮਤਲਬ ਕਿ ਉਹਨਾਂ ਤੇ ਖਰਚ ਕੀਤਾ ਅੱਜ ਜੋ ਬੇਰੁਜ਼ਗਾਰ ਬੈਠੇ ਨੇ ਤਿੰਨ-ਤਿੰਨ ਚਾਰ-ਚਾਰ ਬੱਚੇ ਸਾਡੇ ਮਤਲਬ ਕਿ ਵੀ ਐਮ 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 ਕਰਕੇ ਬੈਠੇ ਹੋਏ ਨੇ ਕੋਈ ਬੀਟਾ ਕਿੱਤੀ ਹੋਈ ਹੈ ਬੇਡੇ ਬੱਚੇ ਦਿਮਾਗ ਤੇ ਟੈਨਸ਼ਨ ਨਾ ਲੈਂਦੇ ਨੇ ਵੀ ਸਾਨੂੰ ਅਜੇ ਤੱਕ ਰੋਜ਼ਗਾਰ ਨਹੀਂ ਮਿਲਿਆ ਹੋਏਗਾ ਸਰਕਰ ਤੋਂ ਕਰੋ ਵੀ ਮਤਲਬ ਕਿ ਪੈਸੇ ਮੰਗਦੇ ਵੀ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਕਰੋ ਵੀ ਕਿਵੇਂ ਮੰਗੀਏ ਤੇ ਮਤਲਬ ਕਿ ਵੀ ਰਸੋਈਆਂ ਦਾ ਸਾਡੇ ਲਈ ਵੀ ਬਹੁਤ ਮੁਸੀਬਤ ਹੋਈ ਪਈ ਹੈ ਕਿ ਰਸੋਈਆਂ ਦਾ ਵੀ ਐਨ ਐਨ ਖਰਚਾ ਵਧਿਆ ਪਿਆ ਤੋਂ ਉਹਨੂੰ ਹੈਂਡਲ ਕਰਨਾ ਬਹੁਤ ਮੁਸ਼ਕਲ ਹੈ ਬਿਜਲੀਆਂ ਦੇ ਬਿੱਲ ਹੈਗੇ ਆ ਉਹ ਐਨ ਐਨ ਆਉਂਦੇ ਹੈਗੇ ਆ ਕੇ ਮਤਲਬ ਕਿ ਜਦੋਂ ਐਨੇ ਬਿੱਲ ਬਿਜਲੀ ਦੇ ਆਂਦੇ ਆ ਤੇ ਕਰਾਂ ਤੇ ਵੀ ਮਤਲਬ ਕਿ ਵੀ ਉਹ ਦਿੱਕਤ ਆਂਦੀ ਹੈ ਕਿ ਉਹ ਇੱਕ ਦੂਸਰੇ ਨੂੰ ਕਹਿੰਦੇ ਤੂੰ ਇਹ ਲਾਈਟ ਨਹੀਂ ਬੰਦ ਕੀਤੀ ਤੂੰ ਉਹ ਨਹੀਂ ਕੀਤੀ ਲੇਕਿਨ ਮਤਲਬ ਕਿ ਗਲਤੀ ਤਾਂ ਸਰਕਾਰਾਂ ਦੀ ਜੋ ਐਨੇ ਬਿੱਲ ਵਧਾਏ ਜਾ ਰਹੇ ਆ ਮਤਲਬ ਲੜਾਈਆਂ ਘਰੇ ਹੁੰਦੀਆਂ ਨੇ ਤਾਂ ਬੱਚੇ ਵੀ ਦਿਮਾਗ ਤੇ ਟੈਨਸ਼ਨ ਲੈਂਦੇ ਆ ਵੀ ਸ਼ਾਇਦ ਸਾਨੂੰ ਕੋਈ ਰੋਜ਼ਗਾਰ ਮਿਲ ਜਾਂਦਾ ਅਸੀਂ ਆਪਣੇ ਮਾਪੇ ਦੀ ਮਤਲਬ ਕਿ ਮਦਦ ਕਰ ਸਕੀਏ ਅਤੇ ਉਹਨਾਂ ਨੂੰ ਮਤਲਬ ਕਿ ਕੁਝ ਰਾਹਤ ਦੇ ਸਕੀਏ ਪਰ ਕਰਨ ਕੇ ਬੱਚੇ ਛੋਟਾ ਮੋਟਾ ਕੰਮ ਐਨੇ ਪੜ ਲਿਖ ਕੇ ਛੋਟਾ ਮੋਟਾ ਕੰਮ ਕਰਦੇ ਆ ਮਤਲਬ ਕਿ ਵੀ ਇਹ ਵੀ ਨਹੀਂ ਸਹੀ ਉਹਨਾਂ ਨੂੰ ਲੱਗਦਾ ਤੇ ਹੁਣ ਉਹ ਘਰੇ ਬੈਠੇ ਨੇ ਤੇ ਟੈਨਸ਼ਨਾਂ ਲੈ ਰਹੇ ਨੇ ਤੇ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਬਸੇ ਬਿਜਲੀਆਂ ਦੇ ਬਿੱਲ ਘਟਾਏ ਜਾਣ ਜੋ ਕਿ ਘਰ ਦਾ ਖਰਚਾ ਮਤਲਬ ਕਿ ਵੀ ਲਿਮਟ ਚ ਆ ਜਾਵੇ ਰਸੋਈਆਂ ਦਾ ਥੋੜਾ ਮਤਲਬ ਕਿ ਕੀਤਾ ਜਾਵੇ ਤੇ ਬੱਚਿਆਂ ਨੂੰ ਬੇਰੋਜ਼ਗਾਰ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਬਿਲਕੁਲ ਵੱਡਾ ਮੁੱਦਾ ਹੈਗਾ ਬਿਜਲੀ ਦਾ ਰੋਜ਼ਗਾਰ ਦਾ ਵੀ ਕੀ ਲੱਗਦਾ ਤੁਹਾਨੂੰ ਜਿਹੜਾ ਬਜਟ ਪੇਸ਼ ਹੋਣਾ ਹੈ ਕੀ ਉਮੀਦਾਂ ਨੇ ਇਸ ਬਜਟ ਤੋਂ ਸਰ ਇੱਕ ਤਾਂ ਉਹ ਗੈਸ ਸਿਲੰਡਰ ਘੱਟ ਹੋਣੇ ਚਾਹੀਦੇ ਆ ਬਹੁਤ ਹਾਂਜੀ ਤੇ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਆ ਰਹੇ ਨੇ ਉਸ ਕਰਕੇ ਬਹੁਤ ਦਿੱਕਤ ਆਂਦੀ ਹੈ ਇਹ ਘੱਟ ਹੋਣੇ ਚਾਹੀਦੇ ਆ ਤੇ ਬਾਕੀ ਜੋਬਸ ਮਿਲਣੀਆਂ ਚਾਹੀਦੀਆਂ ਬਹੁਤ ਲੋਕ ਬੇਰੁਜ਼ਗਾਰ ਬੈਠੇ ਆਂ ਜਿਆਦਾ ਤੋਂ ਜਿਆਦਾ ਜੋਬਸ ਮਿਲਣੀਆਂ ਚਾਹੀਦੀਆਂ ਹੁਣ ਲੱਗਦਾ ਸਰਕਾਰ ਦਊਗੀ ਐਸੀ ਜੋਬਸ ਦਾ ਬਚਾ ਕੇ ਕਿਉਂਕਿ 3 ਸਾਲ ਹੋ ਚੁੱਕੀ ਹੈ ਇਹਨਾਂ ਦਾ ਸਰ ਉਮੀਦ ਤਾਂ ਕਰਦੇ ਆ ਹਾਂਜੀ ਬਿਲਕੁਲ ਉਮੀਦ ਤੇ ਜਿਹੜਾ ਦੁਨੀਆ ਟਿੱਕੀ ਹੋਈ ਹੈ ਕੀ ਲੱਗਦਾ ਤੁਹਾਨੂੰ ਜਿਹੜਾ ਬਜਟ ਪੇਸ਼ ਹੋਣਾ ਹੈ ਕਿਸ ਤਰ੍ਹਾਂ ਦਾ ਤੁਸੀਂ ਬਜਟ ਚਾਹੁੰਦੇ ਹੋ ਸਰਕਾਰ ਪੇਸ਼ ਕਰੇ ਕੀ ਮੰਗ ਕੇ फर्स्ट ऑफ ऑल तो मैं सरकार से यही चाहती हूँ कि जो बजट है वो मिडिल क्लास को देख के ही पास किया जाए देखो अगर रेट महंगाई ज़्यादा बढ़ती है सबसे ज़्यादा लोस्ट मेरे अकॉर्डिंग ओनली मिडिल क्लास को ही जाता है जो रिच फैमिली है उनको ज़्यादा इसमें कोई प्रॉब्लम नहीं आती मिडिल क्लास है वो अपनी मेहनत करता है प्राइवेट जॉब्स में उनको बहुत ज़्यादा दिक्कत आती है बिजली के रेट है डेली हम देखते हैं कुछ ना कुछ उसमें इंक्रीज होता है इंक्रीज कुछ भी नहीं हो रहा उसमें जैसे पानी का बिल है अब तो ये कह रहे हैं कि घरों में मीटर लग रहे हैं उसका बिल आपको अलग से पे करना होगा डेली हम जैसे भी न्यूज़पेपर उसको रीड आउट करते हैं। कुछ ना कुछ हमें ये देखने को मिलता है कि इस चीज में ये महंगाई आगे हमें इसके लिए भी एफर्ट करना पड़ेगा तो लगता है कि सरकार जी उम्मीदा ना बनाई सी उस उम्मीदा खरा नहीं होती है बिल्कुल भी नहीं जिस उम्मीद से लेके हमसे ये वोटिंग के लिए आते हैं कि हाँ जी वोट डालो इसके लिए हम ये करेंगे लेकिन जब इनके ਵੀਰ ਕੰਪਲੀਟ ਹੋਣ ਵਾਲੇ ਹੁੰਦੇ ਤਾਂ ਇਹ ਕੀ ਕਰਦੇ ਹੈ ਜੋਬਸ ਨਿਕਾਲ ਦਿੰਦੇ ਕਿਉਂਕਿ ہماری ਸਰਕਾਰ ਤਾਂ ਜਾ ਹੀ ਰਹੀ ਹੈ ਲੇਕਿਨ ਉਸ ਦਾ ਸਾਰਾ ਬੈਨੀਫਿਟ ਜੋ ਡਿਸ ਬੈਨੀਫਿਟ ਹੈ ਉਹ ਅਗਲੀ ਸਰਕਾਰ ਕੋ ਜਾਏ ਲੱਗਦਾ ਤੁਹਾਨੂੰ ਕੋਈ ਵੀ ਨਹੀਂ ਇਸ ਵਿੱਚ ਲੱਗਦਾ ਰਹਾ ਦੇਣੀ ਹੈ ਤੁਹਾਨੂੰ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਬਿਲਕੁਲ ਲੋਕ ਜਿਹੜੇ ਟੁੱਟ ਚੁੱਕੇ ਆ ਮੈਡਮ ਕੀ ਲੱਗਦਾ ਤੁਹਾਨੂੰ ਜਿਹੜਾ ਸਰਕਾਰ ਬਜਟ ਪੇਸ਼ ਕਰ ਰਹੀ ਹੈ ਪੰਜਾਬ ਦੀ ਸਰਕਾਰ ਤਿੰਨ ਸਾਲ ਹੋ ਚੁੱਕੇ ਆ ਪੰਜਾਬ 'ਚ ਲੋਕ ਤਰਾਹੀ ਤਰਾਹੀ ਕਰੇ ਬਿਜਲੀ ਦੀ ਗੱਲ ਹੋਵੇ ਨੌਜਵਾਨਾਂ ਦੀ ਰੋਜ਼ਗਾਰ ਦੀ ਗੱਲ ਹੋਵੇ ਤੇ ਨਸ਼ਾ ਵੀ ਚੱਲ ਹੈ ਕੀ ਕਹਣਾ ਤੁਹਾਡਾ ਕਿਸ ਤਰੀਕੇ ਦਾ ਬਜਟ ਪਾਉਂਦੇ ਦੇਖੋ ਜਿਹੜਾ ਬਜਟ ਹੈ ਜਿਵੇਂ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਸਭ ਤੋਂ ਜਿਹੜੀ ਪ੍ਰਾਇੋਰਟੀ ਨਸ਼ਾ ਬੇਰੋਜਗਾਰੀ ਤੇ ਗਰੀਬੀ ਐ ਐਕਚੁਅਲੀ ਇਹ ਤਿੰਨੋਂ ਚੀਜ਼ਾਂ ਇੰਟਰਲਿੰਕਡ ਨੇ ਆਪਸ ਦੇ ਵਿੱਚ ਕਿਉਂਕਿ ਅਗਰ ਬੱਚੇ ਬੇਰੋਜ਼ਗਾਰ ਹੋਣਗੇ ਪੜੇ ਲਿਖੀ ਬੇਰੋਜਗਾਰੀ ਸਭ ਤੋਂ ਉਸ ਤੋਂ ਵੀ ਮਾੜੀ ਐ ਕਿਉਂਕਿ ਸਾਡੇ ਪੜੇ ਲਿਖੇ ਜਿਹੜੇ ਨੌਜਵਾਨ ਉਹ ਵੱਧ ਬੇਰੋਜ਼ਗਾਰ ਐ ਜਿਹੜੇ ਫਿਰ ਅਨਪੜ੍ਹ ਐ ਉਹ ਫਿਰ ਵੀ ਛੋਟਾ ਮੋਟਾ ਕੰਮ ਕਰ ਲੈਂਦੇ ਆ ਪਰ ਜਿਹੜੇ ਪੜੇ ਲਿਖੇ ਐ ਇੱਕ ਸਟੇਟਸ ਸਿੰਬਲ ਵੀ ਉਹਨਾਂ ਨੂੰ ਹੋ ਜਾਂਦਾ ਵੀ ਇੰਨਾ ਐਮਏ ਕਰਕੇ ਪੀਐਚਡੀਆਂ ਕਰਕੇ ਆਈਡੈਂਟੀਟੀ ਆ ਵੱਡੀਆਂ ਡਿਗਰੀਆਂ ਨੂੰ ਥੋੜਾ ਗੁਰੇਜ਼ ਕਰਦੀ ਹੈ ਤਾਂ ਉਹ ਜਰੂਰੀ ਉਹਨਾਂ ਨੂੰ ਮੈਂਟਲੀ ਪਰੇਸ਼ਾਨੀਆਂ ਵੱਜ ਜਾਂਦੀਆਂ ਜਾਂ ਤਾਂ ਉਹ ਨਸ਼ੇ ਵੱਲ ਦੌੜਦੇ ਐ ਤੇ ਘਰੇ ਵਿੱਚ ਕਲੇਸ਼ ਜਿਵੇਂ ਪਹਿਲਾਂ ਇੱਕ ਬੀਬੀ ਜੀ ਨੇ ਕਿਹਾ ਘਰੇ ਚ ਕਲੇਸ਼ ਗਰੀਬੀ ਜੜੀ ਹੈ ਉਹ ਕਿਉਰ ਗਰੀਬੀ ਕਿਉਂ ਆਉਂਦੀ ਹੈ ਗਰੀਬੀ ਆਉਂਦੀ ਹੈ ਜਦੋਂ ਖਰਚੇ ਵੱਧਦੇ ਇਨਕਮ ਘਟ ਹੁੰਦੀ ਹੈ ਖਰਚੇ ਵਧਣਾ ਤਾਂ ਲੱਗ ਠੀਕੇ ਫੈਮਿਲੀ ਵੱਧੀ ਖਰਚੇ ਵੱਧਦੇ ਐ ਤੇ ਬਾਕੀ ਰੈਂਦਾ ਖੁੰਦਾ ਜਿਹੜਾ ਅਕਸਰ ਆ ਉਹ ਸਰਕਾਰਾਂ ਕੱਢ ਦਿੰਦੀਆਂ ਉਹਨਾਂ ਦੇ ਉੱਤੇ ਨਵੇਂ-ਨਵੇਂ ਖਰਚੇ ਥੋਪ ਦਿੰਦੀਆਂ ਹੁਣ ਜਿਵੇਂ ਤੁਸੀਂ ਦੇਖ ਲਓ ਕੋਈ ਬਿਜਲੀ ਦਾ ਬਿੱਲ ਵੱਧ ਗਿਆ ਨਵਾਂ ਟੈਕਸ ਆ ਗਿਆ ਫਲਾਨਾ ਆ ਕੋਈ ਝੁੱਗੀਆਂ ਢਾ ਦਿੱਤੀਆਂ ਗਈਆਂ ਜਾਂ ਛੋਟੇ-ਮੋਟੇ ਜਿਹੜੇ ਕੋਈ ਫੜੀਆਂ ਲਾਂਦੇ ਆ ਜਾਂ ਕੁਛ ਹੈ ਉਹਨਾਂ ਨੂੰ ਉੱਥੋਂ ਠਾ ਦਿੱਤਾ ਗਿਆ। ਮਤਲਬ ਕਿ ਜਿਹੜੀ ਸਾਰੀ ਸਾਡਾ ਉਹ ਮੀਡਲ ਕਲਾਸ ਤੇ ਗਰੀਬੀ ਤੇ ਆ ਕੇ ਹੀ ਕਿਉਂ ਵੱਜਦੀ ਆ। ਫਿਰ ਅਸੀਂ ਕਹਿੰਨੇ ਆ ਨਸ਼ਾ ਵੱਧ ਗਿਆ। ਨਸ਼ੇ ਤੇ ਠੀਕ ਹੈ ਤੁਸੀਂ ਉੱਪਰੋਂ ਵੀ ਰੋਕ ਲਾਓ ਐਡਮਿਨਿਸਟ੍ਰੇਸ਼ਨ ਬਲੋਕ ਤੇ ਵੀ ਤੁਸੀਂ ਐਡਮਿਨਿਸਟ੍ਰੇਸ਼ਨ ਲੈਵਲ ਤੇ ਵੀ ਕੰਮ ਕਰੋ ਪਰ ਨਾਲ ਹੀ ਨਾਲ ਇਹ ਵੀ ਤਾਂ ਦੇਖੋ ਨਾ ਕਿ ਨਸ਼ੇ ਵਾਲੇ ਜਿਹੜੇ ਸਾਡੇ ਨੌਜਵਾਨਾ ਜਾ ਕੇ ਰਹੇ ਆ। ਨਸ਼ੇ ਵਿੱਚ ਨਸ਼ੇ ਜੇ ਡੋਬਣ ਵਾਲੇ ਅਸੀਂ ਸਾਡੀਆਂ ਪਾਲਿਸੀਆਂ ਆ ਜਿਹੜੀਆਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਮੈਨੀਪੂ ਬਜਟ ਬਣਾਇਆ ਜਾਵੇ ਉਹ ਇਸ ਧਿਆਨ ਨੂੰ ਰੱਖ ਕੇ ਰੱਖ ਕੇ ਬਣਾਇਆ ਜਾਵੇ ਕਿ ਜਿਹੜੀ ਗਰੀਬੀ ਹੈ ਛੋਟੇ ਰੋਜਗਾਰ ਹੈ ਤੇ ਤੇ ਜਿਹੜੇ ਖਰਚੇ ਹੈ ਉਹ ਤਿੰਨਾਂ ਦੇ ਉੱਪਰ ਉਹ ਖਰਚੇ ਜਿਹੜੇ ਲੋਕਾਂ ਦੇ ਵੱਧ ਰਹੇ ਹੈ ਦਿਨੋਂ ਦਿਨ ਫੈਮਿਲੀਆਂ ਦੇ ਕਿਉਂਕਿ ਪੜ੍ਹਾਈ ਹੈ ਸਭ ਕੁਝ ਕਰੋਨਾ ਹੈ ਲੇਕਿਨ ਉਸ ਤੇ ਥੋੜਾ ਜਿਹਾ ਕੰਟਰੋਲ ਉਹਨਾਂ ਨੂੰ ਵਧਾਇਆ ਨਾ ਜਾਵੇ ਕਟਾਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਬਿਲਕੁਲ ਜਿਹੜਾ ਹੈ ਬਜਟ ਪੇਸ਼ ਕਰਨਾ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਦੇ ਵਿੱਤ ਮੰਤਰੀ ਮੰਤਰੀ ਬਾਦਲ ਨੇ ਤਾਂ ਵੱਡੀ ਉਮੀਦਾਂ ਜਿਹੜੀ ਲੋਕ ਲਗਾ ਕੇ ਬੈਠੇ ਸੀ ਸਰਕਾਰ ਤੋਂ ਬੇਸ਼ੱਕ 3 ਸਾਲ ਹੋਏ ਉਹ ਪੂਰੇ ਨਹੀਂ ਹੋਏ ਹੈ ਖਰੀਨੀ ਉੱਤਰੀ ਸਰਕਾਰ ਪਰ ਹੁਣ ਇਸ ਬਜਟ ਦੇ ਵਿੱਚ ਲੋਕ ਚਾਹੁੰਦੇ ਆ ਕਿ ਬਿਜਲੀ ਜ਼ਰੂਰ ਘਟਣੀ ਚਾਹੀਦੀ ਤੇ ਰੋਜ਼ਗਾਰ ਜਿਹੜਾ ਵੱਧ ਤੋਂ ਵੱਧ ਮਿਲਣਾ ਚਾਹੀਦਾ ਤੇ ਨਾਲ ਹੀ ਨਸ਼ੇ ਦਾ ਵੀ ਜਿਹੜਾ ਖਾਤਮਾ ਉਹ ਹੋਣਾ ਚਾਹੀਦਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਦੇ ਵਿੱਤ ਮੰਤਰੀ ਜਿਹੜਾ ਬਜਟ ਪੇਸ਼ ਕਰਦੇ ਆ ਪੰਜਾਬ ਦੀ ਸਰਕਾਰ ਜਿਹੜਾ ਬਜਟ ਪੇਸ਼ ਕਰਦੀ ਆ ਉਹ ਕੀ ਲੋਕਾਂ ਦੀ ਉਮੀਦਾਂ ਤੇ ਖਰਾ ਉਤਰਦਾ ਜਾਂ ਲੋਕ ਉਸੇ ਤਰੀਕੇ ਨਾਲ ਫਿਰ ਤਰਾਹੀ ਤਰਾਹੀ ਕਰਦੇ ਰਹਿਣਗੇ ਕੈਮਰਾਮੈਨ ਗੁਰਵੰਦਰ ਦੇ ਨਾਲ ਆਮਿਤ ਸ਼ਰਮਾ ਡੇਲੀ ਪੋਸ ਪੰਜਾਬੀ ਮਠੰਡਾ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਸ ਨਾਲ ਜਾਂ ਬਿਨਾ ਆਇਲਸ ਤੋਂ ਇੱਕ ਵਾਰ ਫਲਾਈ ਰੇਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608585 ਤੇ ਥੈਂਕ ਯੂ